बेटा कार्टून देख दे। नहीं दिल नहीं कर रहा। नहीं क्यों? कुछ नहीं हैगा ओदे च। की देखना ते की सुनना पसंद कर दी? जफरनामा। बाहर रहने आ ता वेस्टर्न कल्चर दा रंग चढ़िया रहिंदा है, पर जो तो बच्चा है इस तरह दी सिख्या लवे ता मन नु तसल्ली बहुत जी बहुत खुशी हुंदी है, आनंद हुंदा है। इहदा बहुत लगाव है इस पासे नु, शुरू तो ही एवें करदा है। आम बच्चे कार्टून देखदे आ टीवी ते, पर इह नहीं कार्टून देखदा, इह अपनी कविशरी कढ लैंदा कि मम्मा मैं अज नैक्सट टाइम आ वाली कविशरी करनी है। ਕਹਿੰਦੇ ਬਾਹਰ ਦਾ ਰੰਗ ਤਾਂ ਬਹੁਤ ਚੜ ਜਾਂਦਾ ਹੈ, ਪਰ ਬੇਟਾ ਲੱਗਦਾ ਨਹੀਂ ਹੈਗਾ ਕਿ ਬਾਹਰਲੇ ਮੁਲਕ ਤੋਂ ਆਇਆ। ਸਤਿਗੁਰੂ ਦੀ ਕਿਰਪਾ ਆ ਬੰਦੇ ਦੇ, ਬਸ ਕੁਛ ਨਹੀਂ ਜੀ। ਜਿਸ ਤਰ੍ਹਾਂ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਆ, ਆਪਾਂ ਬਾਣੀ ਪੜ੍ਹਦੇ ਹਾਂ ਅਤੇ ਬਾਣੀ ਦੇ ਬਾਣੀ ਦੇ ਧਾਰਨੀ ਬਣਦੇ ਹਾਂ, ਤਾਂ ਆਟੋਮੈਟਿਕ ਸਾਡੀ ਫੈਮਿਲੀ ਆ, ਸਾਡੇ ਬੱਚਿਆਂ 'ਤੇ ਵੀ ਪ੍ਰਭਾਵ ਪੈਂਦਾ ਆ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਗਗਨ ਸ਼ੁਕਲਾ। ਵੈਸੇ ਕਿਹਾ ਜਾਂਦਾ ਹੈ, ਕਹਿੰਦੇ ਹੁਣ ਸਾਡੇ 'ਤੇ ਵੈਸਟਰਨ ਕਲਚਰ ਦਾ ਰੰਗ ਚੜ੍ਹਦਾ ਜਾ ਰਿਹਾ, ਅਸੀਂ ਜ਼ਿਆਦਾ ਫੋਰਵਰਡ ਹੋ ਰਹੇ ਹਾਂ, ਸਾਡੇ ਬੱਚਿਆਂ ਦੇ ਪਹਿਰਾਵੇ ਉਹਨਾਂ ਦੀ ਦਿੱਖ ਬਦਲਦੀ ਜਾ ਰਹੀ ਹੈ। ਇਹ ਮੈਂ ਆਪਣੇ ਦੇਸ਼ ਦੀ ਗੱਲ ਕਰਦਾ, ਪਰ ਜਦੋਂ ਅਸੀਂ ਬਾਹਰ ਚਲੇ ਜਾਂਦੇ ਹਾਂ ਤਾਂ ਉੱਥੇ ਦਾ ਤਾਂ ਫਿਰ ਕਹਿਣੇ ਕੀ ਨੇ, ਉੱਥੇ ਦਾ ਕਲਚਰ ਕਿਵੇਂ ਹੈ ਇਹ ਸਭ ਨੂੰ ਜਾਣਦੇ ਹਾਂ, ਅਤੇ ਵੀਡੀਓਜ਼ ਗਾਹੇ ਬਗਾਏ ਤੁਸੀਂ ਵੇਖਦੇ ਰਹਿੰਦੇ ਹੋ। ਪਰ ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਹਾਂ, ਅਤੇ ਇੱਕ ਪਰਿਵਾਰ ਹੈ, ਸਾਰਾ ਗੁਰਸਿੱਖ ਪਰਿਵਾਰ ਹੈ। ਵੱਡਿਆਂ ਦੀ ਤਾਂ ਗੱਲ ਕੀ, ਬੜੇ ਮੀਆਂ ਤੋਂ ਬੜੇ ਮੀਆਂ, ਕਹਿੰਦੇ ਛੋਟੇ ਮੀਆਂ ਵੀ ਸੁਭਾਨ ਅੱਲਾ। ਬੇਟੇ ਕੀ ਹਾਲ ਹੈ? ठीक हो? वाहेगुरु जी का खालसा, वाहेगुरु जी की फतेह। केड़ी क्लास पढ़ते हो? ये वंच। वंच? हाँ जी। गलबात करना है, कहते बाहर का रंग तो बहुत चढ़ जाता है, पर बेटा लगता नहीं है कि बाहरले मुल्क तो आया। सतगुरु की कृपा है बंदे दे, बस कुछ नहीं जी। जिस तरह सतगुरु जी की कृपा होंदी आ, आपां बाणी पढ़ते हैं तो बाणी से बाणी धारनी बनते हैं, तो ऑटोमैटिक साडी फैमिली आ, साडे बच्चों पर भी प्रभाव पैंदा आ, तो बस ये परमात्मा दे बाणी दे रंग आ जी। बस ऑस्ट्रेलिया एडलेड तो आए? हाँ जी, असं एडिलेड तो आई। कद आए हो जी? सानू एक महीना हो गया जी आए। ते अज इत्थे हाजरी लाउण पहुंचे? हाँ जी, असं कौमी इंसाफ मोर्चे विच आए हैं, तो सिंह जिहड़े अपने काफ़ी समय तो बंदी सिंह जेलां दे विच ने, उन्हां दी रिहाई वास्ते असीं अपना भी योगदान पाउण आए हैं कुछ। मेरा एक सवाल है पर्सनल जिहा, जदों आपां घर बैठदे हां शामी तां बहुत टेबल ते रोटी खांदे हां बैठ के, तां बच्चे इस रूप च रहिण तां इह चीज़ गल्लां पंजाब ते पंजाबीयत नाल जुड़ियां होंदियां? हाँ जी, ये तो हैगा जी। जदों कोई भी बच्चा अपना सिखी सरूप नाल जुड़िया आ, तो ऑटोमैटिक तुसीं भी अंदरों खुश होंदे आ कि भी साडा बच्चा सिखी सरूप नाल आ, ते बाकी परमात्मा जी दी कृपा नाल हैगी आ जी। बेटा की सुनाओगे? पहला कविश्री सुनाओगे? हाँ जी सुनाओ फिर। ओ मर्दी है गमड़ा वीडियो दा मजलूमा दाड़ खवाला है, जो सदा ही अंग संग रहन दा है, मेरा बाबू कलगियां वाला है, उन्हें गल लाया मस्कीनानू, उन्हें जालम दिया कुर्बानी है, सारा सरवंसता वार दिता पर इन कदे ना मनिए, लिख के ਬਾਹਰ ਰਹਿੰਦੇ ਹਾਂ ਤਾਂ ਵੈਸਟਰਨ ਕਲਚਰ ਦਾ ਰੰਗ ਚੜਿਆ ਰਹਿੰਦਾ ਹੈ, ਪਰ ਜਦੋਂ ਬੱਚਾ ਹੈ ਇਸ ਤਰ੍ਹਾਂ ਦੀ ਸਿੱਖਿਆ ਲਵੇ ਤਾਂ ਮਨ ਨੂੰ ਤਸੱਲੀ ਹੁੰਦੀ ਹੈ? ਬਹੁਤ ਜੀ ਬਹੁਤ ਖੁਸ਼ੀ ਹੁੰਦੀ ਹੈ, ਆਨੰਦ ਹੁੰਦਾ। ਇਹਦਾ ਬਹੁਤ ਲਗਾਵ ਹੈ ਇਸ ਪਾਸੇ ਨੂੰ, ਸ਼ੁਰੂ ਤੋਂ ਹੀ ਇਹ ਐਵੇਂ ਕਰਦਾ ਹੈ। ਅਤੇ ਆਮ ਬੱਚੇ ਕਾਰਟੂਨ ਦੇਖਦੇ ਆ ਟੀ ਵੀ 'ਤੇ, ਪਰ ਇਹ ਨਹੀਂ ਕਾਰਟੂਨ ਦੇਖਦਾ, ਇਹ ਆਪਣੀ ਕਵਿਸ਼ਰੀ ਕੱਢ ਲੈਂਦਾ ਕਿ ਮੰਮਾ ਮੈਂ ਅੱਜ ਨੈਕਸਟ ਟਾਈਮ ਆਹ ਵਾਲੀ ਕਵਿਸ਼ਰੀ ਕਰਨੀ ਹੈ। ਅਤੇ ਸਾਰਾ ਦਿਨ ਬਸ ਘਰ ਦੇ ਵਿੱਚ ਵੀ ਪਾਠ ਚੱਲਦਾ ਰਹਿੰਦਾ, ਸੁਖਮਨੀ ਸਾਹਿਬ ਹੋ ਗਿਆ ਜਾਂ ਅਸੀਂ ਵੀ ਪਾਠ ਕਰਦੇ ਹਾਂ, ਫਿਰ ਨਾਲ ਹੀ ਬਹਿ ਕੇ ਇਹਨੇ ਪਾਠ ਕਰਨਾ ਹੈ, ਨਾਲ ਹੀ ਸੁਣਦਾ ਬਹਿ ਕੇ। ਹਾਂ ਬੇਟਾ ਕਾਰਟੂਨ ਦੇਖਦੇ ਨਹੀਂ? ਨਹੀਂ ਦਿਲ ਨਹੀਂ ਕਰਦਾ? ਨਹੀਂ ਕਿਉਂ? ਕੁਛ ਵੀ ਨਹੀਂ ਹੈਗਾ ਉਹਦੇ 'ਚ। ਕੁਛ ਨਹੀਂ ਉਹਦੇ 'ਚ? ਕੀ ਦੇਖਣਾ ਅਤੇ ਕੀ ਸੁਣਨਾ ਪਸੰਦ ਕਰਦੇ ਹੋ? ਜਫਰਨਾਮਾ। ਕਿੱਥੋਂ? ਪਾਪਾ ਤੋਂ ਸੁਣਦੇ ਹੋ ਸਾਰੀਆਂ ਗੱਲਾਂ ਕਿ ਆਪ ਵੀ ਦਿਲ ਕਰਦਾ ਚੀਜ਼? ਪਾਪਾ ਤੋਂ। ਬਾਕੀ ਕਾਰਟੂਨ ਕਾਰਟੂਨ ਦੇਖਿਆ ਕਦੇ ਵੈਸੇ ਕਿ ਨਹੀਂ? ਥੋੜ੍ਹਾ ਬਹੁਤ ਥੋੜ੍ਹਾ। ਸੋ ਇੱਕ ਤਸਵੀਰ ਹੈ ਇਹ ਆਪਣੇ ਆਪ ਦੇ ਵਿੱਚ, ਜਿਸ ਉਮਰ ਦੇ ਬੱਚੇ ਕਾਰਟੂਨ ਅਤੇ ਗੇਮਸ ਖੇਡਣ ਦੇ ਵਿੱਚ ਮਸ਼ਰੂਫ ਰਹਿੰਦੇ ਨੇ, ਅਤੇ ਇਸ ਬੱਚੇ ਨੇ ਬੇਹੱਦ ਖੂਬਸੂਰਤ ਕਵਿਸ਼ਰੀ ਰਾਹੀਂ ਸਭ ਦਾ ਜਿਹੜਾ ਦਿਲ ਜਿੱਤਿਆ, ਬਹੁਤ ਚੰਗਾ ਲੱਗਿਆ, ਗਾਉਣ ਦਾ ਸਟਾਈਲ ਬਹੁਤ ਅੱਛਾ ਸੀ। ਪਰ ਉਸ ਤੋਂ ਵੱਡੀ ਗੱਲ ਆ ਕਿ ਇਹ ਬੱਚਾ ਆਸਟ੍ਰੇਲੀਆ ਦੇ ਐਡਲੇਡ ਦੇ ਵਿੱਚ ਰਹਿੰਦਾ,
तो कंट्रीज जो साढ़े नाल फॉरवर्ड ने पर अपने कल्चर ते अपने सभ्याचार दे नाल जुड़िया हुआ है। कैमरामैन रोशन दे नाल गगन शुक्ला, डेली पोस्ट, पंजाबी।